ਹਾਂਜੀ ਅੱਜ ਚੱਲਿਆ ਜੀ ਆਪਾਂ ਰੇਹ ਲੈਣ, ਅਤੇ ਅੱਜ ਆਪਾਂ ਕੱਢਾਂਗੇ ਜੌਂਡੀਅਰ 5405 ਦੀ ਰੋਡ ਐਵਰੇਜ ਕੱਢਾਂਗੇ ਆਪਾਂ, ਰੋਡ 'ਤੇ ਕਿੰਨਾ ਤੇਲ ਖਾਂਦਾ ਗਾ ਦੇਖਾਂਗੇ ਆਪਾਂ, ਲੀਟਰ ਦੇ ਵਿੱਚ ਕਿੰਨੇ ਕਿਲੋਮੀਟਰ ਕੱਢਦਾ, ਅਤੇ ਅੱਜ ਫਿਰ ਤੁਹਾਨੂੰ ਦੱਸ ਦੇਵਾਂਗੇ। ਅਤੇ ਵੀਡੀਓ ਨੂੰ ਧਿਆਨ ਨਾਲ ਅਤੇ ਪੂਰੀ ਜ਼ਰੂਰ ਦੇਖਿਓ। ਆਪਾਂ 2 ਕੁ ਕਿਲੋਮੀਟਰ ਉਰੇ ਜਾਣਾ ਗਾ ਰਾਮਪੁਰੇ ਤੋਂ, 15 ਕੁ ਕਿਲੋਮੀਟਰ ਪੈਂਦਾ ਮੇਰੇ ਹਿਸਾਬ ਨਾਲ, ਬਸ 14 ਜਾਂ 15, ਅਤੇ ਉਹ ਆਪਾਂ ਦੇਖਾਂਗੇ ਫਿਰ। ਅਤੇ 14, 15, 15 ਦੇ 15, 30, 29, 30 ਕਿਲੋਮੀਟਰ ਬਣ ਜਾਣਾ ਦੋਨੇ ਪਾਸਿਆਂ ਦਾ। ਅਤੇ ਹੁਣ ਆਪਾਂ ਤੇਲ ਦੇਖ ਲੈਂਦੇ ਹਾਂ, ਮੁੜ ਕੇ ਜਦੋਂ ਆਏ ਆਪਾਂ ਉਦੋਂ ਤੇਲ ਦੇਖ ਲਾਂਗੇ। ਅਤੇ
ਜੇ ਆਪਾਂ ਮੋਟਾ ਮੋਟਾ ਅੰਦਾਜ਼ਾ ਲਈਏ ਤਾਂ ਟਰੈਕਟਰ ਨੇ ਜੀ 531 ਜਾਣੀ 6.25 ਲੀਟਰ ਦੀ ਟਰੈਕਟਰ ਨੇ ਐਵਰੇਜ ਦਿੱਤੀ ਹੈ ਕਿਲੋਮੀਟਰ ਦੀ। ਅਤੇ ਇਹ ਹੈ ਜੀ ਆਪਣੇ ਰੋਡ 'ਤੇ ਐਵਰੇਜ ਜੌਂਡੀਅਰ ਦੀ। ਬਾਕੀ ਤੁਸੀਂ ਦੱਸ ਸਕਦੇ ਹੋ ਵੀ ਟਰੈਕਟਰ ਨੇ ਤੇਲ ਜ਼ਿਆਦਾ ਖਾਧਾ ਜਾਂ ਘੱਟ, ਉਹ ਕਮੈਂਟਾਂ ਦੇ ਵਿੱਚ ਜ਼ਰੂਰ।